ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਸਵਾਦ ਖਾਣਾ। ਮੈਂ ਤੁਹਾਡੇ ਨਾਲ ਫਰੂਟ ਚਾਟ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ। ਉਹਦੇ ਵਾਸਤੇ ਨੇ ਮੇਰੇ ਕੋਲ ਇੱਕ ਬਨਾਨਾ ਮੈਂ ਕੱਟਿਆ ਹੋਇਆ, ਥੋੜ੍ਹੇ ਜਿਹਾ ਗਰੇਪਸ, ਇੱਕ ਔਰੇਂਜ, ਔਰੇਂਜ ਵੀ ਸੀਡਲੈਸ ਹੋਣੇ ਚਾਹੀਦੇ, ਔਰ ਗਰੇਪਸ ਵੀ। ਗਰੇਪਸ ਵਿੱਚੋਂ ਅਗਰ ਹੈ ਤਾਂ ਤੁਸੀਂ ਨਿਕਾਲ ਦਿਓ ਪਹਿਲਾਂ। ਔਰ ਮੈਂ ਇੱਕ ਐਪਲ ਕੱਟਿਆ ਹੋਇਆ, ਹਾਫ ਦਾ ਮੈਂ ਛਿਲਕ ਉਤਾਰ ਲਿਆ ਅਤੇ ਹਾਫ ਮੈਂ ਇਸ ਤਰ੍ਹਾਂ ਹੀ ਰੱਖਿਆ ਹੋਇਆ। ਔਰ ਲੈਮਨ ਚਾਹੀਦਾ ਆਪਾਂ ਨੂੰ, ਔਰ ਵਿੱਚ ਮੈਂ ਥੋੜ੍ਹੇ ਜਿਹੇ ਚਨੇ ਐਡ ਕਰੂੰਗੀ। ਚਨੇ ਆਪਸ਼ਨਲ, ਅਗਰ ਤੁਸੀਂ ਲਾਈਕ ਕਰਦੇ ਹੋ ਤਾਂ ਤੁਸੀਂ ਕਰ ਸਕਦੇ ਹੋ, ਪਾ ਸਕਦੇ ਵਿੱਚ। ਐਨੀ ਫਰੂਟ ਤੁਸੀਂ ਲੈ ਸਕਦੇ ਆ, ਜਿਹੜਾ ਵੀ ਤੁਹਾਨੂੰ ਕੋਈ ਤੁਸੀਂ ਲਾਈਕ ਕਰਦੇ ਹੋ। ਅਤੇ ਔਰ ਮੈਂ ਥੋੜ੍ਹੇ ਜਿਹੇ ਅਨਾਰ ਦੇ ਦਾਣੇ ਲਏ ਹੋਏ ਆ ਗਾਰਨਿਸ਼ ਵਾਸਤੇ, ਔਰ ਪੁਦੀਨੇ ਦੀਆਂ ਪੱਤੀਆਂ ਨੇ, ਔਰ ਮੈਂ ਥੋੜ੍ਹਾ ਜਿਹਾ ਜੂਸ ਲਿਆ ਹੋਇਆ, ਔਰ ਥੋੜ੍ਹੀ ਸ਼ੂਗਰ, ਔਰ ਨਮਕ। ਨਮਕ ਤੁਸੀਂ ਟੇਸਟ ਅਕੋਰਡਿੰਗ ਕਰ ਯੂਜ਼ ਕਰ ਸਕਦੇ ਹੋ। ਔਰ ਕੁਮਿਨ ਸੀਡਸ ਪਾਊਡਰ, ਜੀਰਾ ਪਾਊਡਰ, ਰੋਸਟਡ ਜੀਰਾ ਪਾਊਡਰ ਹੈ, ਔਰ ਕਾਲੀ ਮਿਰਚ, ਔਰ ਚਾਟ ਮਸਾਲਾ। ਪਹਿਲਾਂ ਮੈਂ ਇਸ ਤਰ੍ਹਾਂ ਜੂਸ ਲਵਾਂਗੀ, ਜੂਸ ਦੇ ਵਿੱਚ ਥੋੜ੍ਹਾ ਜਿਹਾ ਲੈਮਨ ਆਪਾਂ ਜੋੜ ਦੂੰਗੀ। ਜੋ ਵੀ ਆਪਾਂ ਸਪਾਈਸਿਸ ਐਡ ਕਰਨੇ ਆਪਾਂ ਵਿੱਚ ਐਡ ਕਰ ਦੇਵਾਂਗੇ, ਮਿਕਸ ਕਰ ਲਵਾਂਗੇ ਜੂਸ ਦੇ ਵਿੱਚ। ਬਲੈਕ ਪੇਪਰ, ਥੋੜ੍ਹੀ ਜਿਹੀ ਸ਼ੂਗਰ, ਅਤੇ ਆਪਾਂ ਮਿਕਸ ਕਰ ਲਵਾਂਗੇ। ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰਕੇ ਔਰ ਚਾਟ ਮਸਾਲਾ ਵੀ ਆਪਾਂ ਕਰ ਲਵਾਂਗੇ। ਹੁਣ ਆਪਣਾ ਮਿਕਸ ਹੋ ਗਿਆ ਅਤੇ ਆਪਾਂ ਹੁਣ ਜੋ ਫਰੂਟ ਆ ਉਹਨਾਂ ਦੇ ਵਿੱਚ ਐਡ ਕਰਾਂਗੇ। ਆਪਾਂ ਸਾਰੀ ਜੋ ਫਰੂਟ ਆਪਾਂ ਐਡ ਕਰ ਦਿੰਦੇ ਹਾਂ। ਔਰ ਚਨੇ ਵੀ ਐਡ ਕਰ ਲਵਾਂਗੇ। ਅਤੇ ਜੋ ਆਪਾਂ ਮਸਾਲੇ ਐਡ ਕਰਕੇ ਰੱਖੇ ਹੋਏ ਨੇ ਆਪਾਂ ਕਰ ਦਾਂਗੇ, ਮਸਾਲਾ ਚੰਗੀ ਤਰ੍ਹਾਂ ਮਿਕਸ ਕਰਨੀ। ਅਗਰ ਤੁਸੀਂ ਸਪਾਈਸੀ ਵੀ ਖਾਣਾ ਚਾਹੁੰਦੇ ਹੋ, ਸਪਾਈਸੀ ਚਾਹੀਦੀ, ਤੁਸੀਂ ਥੋੜ੍ਹੀ ਜਿਹੀ ਲਾਲ ਮਿਰਚ ਐਡ ਕਰ ਸਕਦੇ ਹੋ। ਥੋੜ੍ਹੇ ਅਨਾਰ ਦੇ ਦਾਣੇ ਇਸ ਤਰ੍ਹਾਂ ਕਰ ਦੇਵਾਂਗੇ ਐਡ। ਚੰਗੀ ਤਰ੍ਹਾਂ ਥੋੜ੍ਹੇ ਟਾਈਮ ਲਈ ਰੱਖ ਲਓ, ਜੋ ਚੰਗੀ ਤਰ੍ਹਾਂ ਜੋ ਫਰੂਟ ਦੇ ਵਿੱਚ ਆਪਣੇ ਮਸਾਲੇ ਆ ਚਲੇ ਜਾਣ ਸਰਵ ਕਰਨ ਤੋਂ ਪਹਿਲਾਂ। ਇਸ ਤਰ੍ਹਾਂ ਥੋੜ੍ਹਾ ਤੁਸੀਂ ਮਿਕਸ ਕਰਕੇ ਰੱਖ ਲਓ। ਆਪਾਂ ਥੋੜ੍ਹਾ ਜਿਹਾ ਚਟਪਟਾ ਕਾਲ ਲੈਮਨ ਵਿੱਚ ਨਿਚੋੜ ਦੂੰਗੀ। ਲਓ ਜੀ, ਆਪਣੀ ਜੋ ਫਰੂਟ ਚਾਟ ਹੈ ਰੈਡੀ ਹੋ ਗਈ ਹੈ। ਇਸ ਤਰ੍ਹਾਂ ਹੁਣ ਸਰਵ ਕਰਦੇ ਹਾਂ। ਲਓ ਜੀ, ਆਪਣੀ ਚਟਪਟੀ ਚਾਟ ਰੈਡੀ ਹੋ ਗਈ ਆ। ਤੁਸੀਂ ਵੀ ਇਸ ਤਰ੍ਹਾਂ ਟਰਾਈ ਕਰ ਸਕਦੇ ਹੋ, ਜੋ ਵੀ ਤੁਹਾਡੇ ਘਰ ਦੇ ਵਿੱਚ ਫਰੂਟ ਆ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ। ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ, ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ। ਥੈਂਕ ਯੂ ਫੋਰ ਵਾਚਿੰਗ, ਬਾਏ।